ਪਿਛਲੇ ਦਿਨਾਂ 'ਚ ਪੰਜਾਬ ਸਰਕਾਰ ਦੇ ਵੱਲੋਂ ਇੱਕ ਥਰਮਲ ਪਲਾਂਟ ਖਰੀਦਿਆ ਗਿਆ ਤਾਂ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਹੋਈ ਵਿਰੋਧੀ ਕਹਿ ਰਹੇ ਨੇ ਕਿ ਇਹ ਘਾਟੇ ਦਾ ਸੌਦਾ ਵੈ ਸਰਕਾਰ ਕਹਿ ਰਹੀ ਹੈ ਕਿ ਇਸ ਦੇ ਨਾਲ ਮੁਨਾਫਾ ਜਿਹੜਾ ਵੈ ਆਮ ਲੋਕਾਂ ਨੂੰ ਹੋਏਗਾ ਬਿਜਲੀ ਵੀ ਆਮ ਲੋਕਾਂ ਨੂੰ ਸਸਤੀ ਮਿਲ ਸਕਦੀ ਹੈ ਕਿਸ ਤਰੀਕੇ ਦੇ ਨਾਲ ਇਸ ਕੈਲਕੂਲੇਸ਼ਨ ਨੂੰ ਦੇਖਿਆ ਜਾਵੇ ਬਿਜਲੀ ਮੰਤਰੀ ਦੇ ਨਾਲ ਗੱਲਬਾਤ ਕਰ ਲੈਣੇ ਆ ਮੰਤਰੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਜੀ ਜਿਸ ਥਰਮਲ ਪਲਾਂਟ ਦਾ ਜ਼ਿਕਰ ਹੋ ਰਿਹਾ ਬਹੁਤ ਸੁਰਖੀਆਂ 1080 ਕਰੋੜ ਰੁਪਏ ਦਾ ਕਹਿੰਦੇ ਕਿ 400 ਏਕੜ ਦੇ ਕਰੀਬ ਜ਼ਮੀਨ ਵੀ ਜਿਹੜੀ ਉਹ ਤੁਹਾਨੂੰ ਨਾਲ ਮੁਫਤ ਮਿਲ ਗਈ ਵਿਰੋਧੀ ਕਹਿ ਰਹੇ ਕਹਿੰਦੇ ਚਿੱਟਾ ਹੱਥੀ ਸਾਬਤ ਹੋਏਗਾ ਨੁਕਸਾਨ ਹੋਏਗਾ ਸਰਕਾਰ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋਣਾ ਆ ਦੇਖੋ ਵਿਰੋਧੀ ਧਿਰ ਦਾ ਕੰਮ ਵਿਰੋਧ ਕਰਨਾ ਹੁੰਦਾ ਚਲੋ ਕਰੀ ਜਾਣ ਕੋਈ ਨਹੀਂ ਜਿੱਥੋਂ ਤੱਕ ਇਸ ਥਰਮਲ ਪਲਾਂਟ ਦਾ ਸਬੰਧ ਆ 540 ਮੈਗਾਵਾਟ ਦਾ ਇਹ ਥਰਮਲ ਪਲਾਂਟ ਆ ਔਰ ਰਨੇਗਾ ਚੱਲ ਰਿਹਾ ਹੈ ਅੱਜ ਵੀ ਅਸੀਂ ਉਹਦੇ ਤੋਂ ਬਿਜਲੀ ਜਿਹੜੀ ਆ ਉਹ ਲੈ ਰਹੇ ਹਾਂ ਦੋ ਯੂਨਿਟ ਉੱਥੇ ਲੱਗੇ ਨੇ ਬਕਾਇਦਾ ਕੰਮ ਕਰ ਰਹੇ ਨੇ ਲਾਈਫ ਇਹਦੀ ਮਿਨੀਮਮ ਆਪਾਂ ਲਾਈਫ ਦੇਖੀਏ ਕਿਸੇ ਥਰਮਲ ਪਲਾਂਟ ਦੀ ਤੇ 25 ਸਾਲ ਤਾਂ ਚੱਲਦੀ ਹੈ ਵੈਸੇ 35-40 ਸਾਲ ਤੱਕ ਵੀ ਮੇਨਟੇਨੈਂਸ ਚੱਲਦੀ ਰਹੇ ਤੇ ਹੋ ਜਾਂਦੀ ਹੈ ਸੋ ਅਸੀਂ 540 ਮੈਗਾਵਾਟ ਦਾ ਥਰਮਲ ਪਲਾਂਟ 1080 ਕਰੋੜ ਰੁਪਏ ਦੇ ਵਿੱਚ ਖਰੀਦਿਆ 2 ਕਰੋੜ ਰੁਪਿਆ ਪਰ ਮੈਗਾਵਾਟ ਕੀਮਤ ਪਾਈ ਹੈ ਜੇ ਅੱਜ ਨਵਾਂ ਥਰਮਲ ਪਲਾਂਟ ਲਾਉਣਾ ਹੋਵੇ ਤੇ 1 ਮੈਗਾਵਾਟ ਦਾ ਥਰਮਲ ਪਲਾਂਟ ਗਾੜੀ ਨੂੰ ਮਲਟੀਪਲਾਈ ਕਰ ਲੋ 8.5 ਤੋਂ 9 ਕਰੋੜ ਰੁਪਇਆ ਲੱਗਦਾ ਇੱਕ ਮੈਗਾਵਾਟ ਦਾ ਲਾਉਣ ਵਾਸਤੇ ਔਰ ਇੰਡੀਆ ਦੇ ਵਿੱਚ ਜਿੰਨੇ ਵੀ ਥਰਮਲ ਪਲਾਂਟ ਚਾਹੇ ਪ੍ਰਾਈਵੇਟ ਕੰਪਨੀਆਂ ਨੇ ਖਰੀਦੇ ਨੇ ਸਰਕਾਰ ਨੇ ਤੇ ਕਿਸੇ ਨੇ ਇਹੋ ਜਿਹਾ ਕੋਈ ਇਨੀਸ਼ੀਏਟਿਵ ਲਿਆ ਹੀ ਨਹੀਂ ਆ ਉਹ ਵੀ 3 ਕਰੋੜ ਰੁਪਏ ਪਰ ਮੈਗਾਵਾਟ ਤੋਂ ਘੱਟ ਕੋਈ ਨਹੀਂ ਖਰੀਦਿਆ ਗਿਆ ਇਹ ਸਭ ਤੋਂ ਸਸਤਾ ਆ ਜੜਾ ਥਰਮਲ ਪਲਾਂਟ ਆ ਜੀ ਵੀ ਕੇ ਗੋਇੰਦਵਾਲ ਸਾਹਿਬਾ ਇਹ ਸਭ ਤੋਂ ਸਸਤਾ ਹੈ ਔਰ ਨਾਲ ਦੇ ਨਾਲ 1100 ਏਕੜ ਜ਼ਮੀਨ 700 ਦੇ ਵਿੱਚ ਇਹ ਪਲਾਂਟ ਆ ਔਰ 400 ਏਕੜ ਜ਼ਮੀਨ ਹੋਰ ਆ ਜਿੱਥੇ ਅਸੀਂ ਹੋਰ ਵੀ ਸਰਕਾਰੀ ਕੋਈ ਕੰਮਕਾਰ ਜੜਾ ਆ ਉਹ ਕਰ ਸਕਦੇ ਆ ਸੋ 1100 ਏਕੜ ਜ਼ਮੀਨ ਵੀ ਇਹਦੇ ਨਾਲ ਜੜੀ ਆ ਉਸ ਤਰ੍ਹਾਂ ਹੀ 2016 ਤੋਂ ਲੈ ਕੇ ਤੇ 23 ਤੱਕ ਇਸ ਥਰਮਲ ਪਲਾਂਟ ਤੋਂ ਅਸੀਂ 7902 ਕਰੋੜ ਰੁਪਏ ਦੀ ਬਿਜਲੀ ਖਰੀਦੀ ਆ ਅਸੀਂ ਪੇ ਕੀਤਾ ਆ ਉਹਨਾਂ ਨੂੰ ਜਿਹੜੀ ਉਹਨਾਂ ਤੋਂ ਬਿਜਲੀ ਲਈ ਆ ਔਰ ਇਹਦਾ ਐਨਾਲਿਸਿਸ ਕਰੀਏ ਤੇ 1718 ਕਰੋੜ ਰੁਪਿਆ ਅਸੀਂ ਉਸ ਕੰਪਨੀ ਨੂੰ ਉਸ ਚੀਜ਼ ਦਾ ਦਿੱਤਾ ਜਿਹਦੇ ਵਾਸਤੇ ਅਸੀਂ ਬਿਜਲੀ ਲਈ ਨਹੀਂ 1718 ਕਰੋੜ ਰੁਪਿਆ ਦੇਖੋ 7 ਸਾਲ ਦੇ ਵਿੱਚ ਜਿਹੜੀ ਚੀਜ਼ ਲਈ ਨਹੀਂ ਤੁਸੀਂ ਇਹੀ ਇਹੀ ਤੇ ਪੀਪੀਏ ਸੀਗੇ ਕਿ ਚਾਹੇ ਅਸੀਂ ਉਥੋਂ ਬਿਜਲੀ ਲਈਏ ਚਾਹੇ ਨਾ ਲਈਏ ਇੰਨੀ ਫਿਕਸਡ ਕੋਸਟ ਜਿਹੜੀ ਆ ਉਹ ਦੇਣੀ ਆ 1711 ਕਰੋੜ ਰੁਪਇਆ ਤੇ ਅਸੀਂ ਉਹੋ ਹੀ ਦੇ ਦਿੱਤਾ ਤੇ ਜੇ ਇਹਨੂੰ ਇਸ ਤਰ੍ਹਾਂ ਹੀ ਪੀਪੀਏ ਚੱਲਦਾ ਰਹਿੰਦਾ ਇਸ ਤਰ੍ਹਾਂ ਹੀ ਚੱਲੀ ਜਾਂਦਾ ਇਸ ਤਰ੍ਹਾਂ ਹੀ ਗਾਂ ਆਉਣ ਵਾਲੀਆਂ ਸਰਕਾਰਾਂ ਵੀ ਕਰਦੀਆਂ ਤੇ ਲਗਭਗ 1711 ਦੀ ਵਿੱਚ ਅਸੀਂ 7000 ਕਰੋੜ ਤੇ ਅਸੀਂ ਵੈਸੇ ਇਹਨਾਂ ਨੂੰ ਫਿਕਸਡ ਚਾਰਜਸ ਹੀ ਦੇ ਬਣੇ ਸੀਗੇ ਕਿ ਅਸੀਂ 7000 ਕਰੋੜ ਫਿਕਸਡ ਚਾਰजेस ਦੇਣ ਦੀ ਬਜਾਏ ਅਸੀਂ 1080 ਕਰੋੜ ਦੇ ਵਿੱਚ ਥਰਮਲ ਪਲਾਂਟ ਹੀ ਆਪਣੇ ਨਾਮ ਕਰ ਲਿਆ ਕਿ ਕਿਸ ਪੱਖੋਂ ਇਹ ਘਟਾ ਇਹਦਾ ਸੌਦਾ ਇਹਦੇ ਨਾਲ ਬਿਜਲੀ ਸਸਤੀ ਆਮ ਲੋਕਾਂ ਨੂੰ ਮਿਲੇ ਜੇ ਇੰਡਸਟਰੀ ਨੂੰ ਸਸਤੀ ਮਿਲੇਗੀ ਜਾਂ ਇਸ ਦਾ ਕੀ ਬੈਨੀਫਿਟ ਆਮ ਲੋਕਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਆਮ ਲੋਕਾਂ ਲਈ ਸਭ ਤੋਂ ਵੱਡਾ ਬੈਨੀਫਿਟ ਇਹ ਆ ਕਿ ਲੋਕਾਂ ਦਾ ਹੋ ਗਿਆ ਥਰਮਲ ਪਲਾਂਟ ਲੋਕਾਂ ਦਾ ਹੋ ਗਿਆ ਇੱਕ ਪ੍ਰਾਪਰਟੀ ਹੁੰਦੀ ਹੈ ਨਾ ਇੱਕ ਸਰਕਾਰੀ ਸਰਕਾਰੀ ਲੋ ਪ੍ਰਾਪਰਟੀ ਦਾ ਮਤਲਬ ਲੋਕਾਂ ਦੀ ਪ੍ਰਾਪਰਟੀ ਸਭ ਤੋਂ ਵੱਡਾ ਫਾਇਦਾ ਇਹ ਹੋ ਗਿਆ ਕਿ ਇਹਦੇ ਉੱਤੇ ਮਾਲਕੀ ਜਿਹੜੀ ਆ ਉਹ ਲੋਕਾਂ ਦੀ ਹੋਗੀ ਪਹਿਲਾਂ ਮਾਲਕੀ ਜਿਹੜੀ ਸੀਗੀ ਉਹ ਕੰਪਨੀ ਦੀ ਸੀ ਪ੍ਰਾਈਵੇਟ ਬੰਦਿਆਂ ਦੀ ਸੀਗੀ ਵੱਡੇ ਘਰਾਣਿਆਂ ਦੀ ਸੀਗੀ ਹੁਣ ਮਾਲਕੀ ਜਿਹੜੀ ਆ ਲੋਕਾਂ ਦੀ ਆ ਗਈ ਸੋ ਲੋਕਾਂ ਦੀ ਜਿਹੜੀ ਮਾਲਕੀ ਹੁੰਦੀ ਆ ਇਹ ਸਭ ਤੋਂ ਵੱਡੀ ਚੀਜ਼ ਇੱਕ ਲੋਕਤੰਤਰ ਦੇ ਵਿੱਚ ਇਹੀ ਵੱਡੀ ਚੀਜ਼ ਹੁੰਦੀ ਆ ਕਿ ਲੋਕਾਂ ਦੀ ਮਾਲਕੀ ਜਿਹੜੀ ਆ ਉਹ ਸਰਕਾਰ ਜਿਹੜੀ ਆ ਉਹ ਵੱਧ ਤੋਂ ਵੱਧ ਹੋਵੇ ਸੋ ਇਸ ਕੜੀ ਦੇ ਵਿੱਚ ਮੈਂ ਸਮਝਦਾ ਕਿ ਲੋਕਾਂ ਨੂੰ ਇਹਦਾ ਸਭ ਤੋਂ ਵੱਡਾ ਫਾਇਦਾ ਇਹੀ ਆ ਕਿ ਇਹ ਸਰਕਾਰ ਦਾ ਹੋ ਗਿਆ ਸੋਲਰ એનર્ਜੀ ਦਾ ਬਹੁਤ ਜ਼ਿਕਰ ਹੋ ਰਿਹਾ ਮੁੱਖ ਮੰਤਰੀ ਨੇ ਪਿਛਲੇ ਦਿਨਾਂ ਅੱਜ ਕਿਹਾ ਕਹਿੰਦੇ ਕਿ ਅਸੀਂ ਜਾਂਚ ਬਿਠਾਵਾਂਗੇ ਕਿ ਜਿਹੜੀ 17 ਰੁਪਏ ਦੇ ਕਰੀਬ ਯੂਨਿਟ ਕਿਉਂ ਐਗਰੀਮੈਂਟ ਹੋਏ ਕਿ ਉਹ ਜਾਂਚ ਬਿਠਾਈ ਜਾ ਰਹੀ ਹੈ ਕਿ ਵਿਜੀਲੈਂਸ ਨੂੰ ਜਾਂਚ ਦਿੱਤੀ ਜਾ ਰਹੀ ਹੈ ਕਿ ਪਤਾ ਲੱਗ ਪਾਇਆ ਕਿ 17 ਰੁਪਏ ਕਿਵੇਂ ਹੋਇਆ ਕਿ ਉਹ ਕੰਟਰੈਕਟ ਕੈਨਸਲ ਕੀਤੇ ਜਾ ਸਕਦੇ ਆ ਜਾਂ ਸਰਕਾਰ ਕੋਈ ਨਵੇਂ ਕੰਟਰੈਕਟ ਲਿਆ ਰਹੀ ਹੈ ਦੇਖੋ 2007 ਤੋਂ ਆਨਵਰਡਸ ਜਿਹੜੇ ਨੇ ਉਹ ਸੋਲਰ ਦੇ ਕੰਟਰੈਕਟ ਹੋਏ ਨੇ ਪੰਜਾਬ ਦੇ ਵਿੱਚ ਐਂਡ ਉਹ ਜਿਹੜੇ ਕੰਟਰੈਕਟ ਹੋਏ ਨੇ ਉਹ 4 ਰੁਪਏ 33 ਪੈਸੇ ਪਰ ਯੂਨਿਟ ਤੋਂ ਲੈ ਕੇ 17 ਰੁਪਏ 99 ਪੈਸੇ ਪਰ ਯੂਨਿਟ ਤੱਕ ਨੇ ਇੱਕ ਇੱਕ ਯੂਨਿਟ 17 ਰੁਪਏ 99 ਪੈਸੇ ਦਾ ਵਿਕਰੀਤਿਆ ਗਿਆ April 2022 ਤੋਂ ਲੈ ਕੇ ਹੁਣ ਤੱਕ ਅਸੀਂ ਵੀ ਸੋਲਰ ਦੇ ਸਮਝੌਤੇ ਕੀਤੇ ਨੇ ਸਾਡੇ ਸਮਝੌਤੇ 2 ਰੁਪਏ 33 ਪੈਸੇ ਤੋਂ ਲੈ ਕੇ 2 ਰੁਪਏ 75 ਪੈਸੇ ਤੱਕ ਨੇ ਤੁਸੀਂ ਦੇਖੋ ਕਿੰਨਾ ਡਿਫਰੈਂਸ ਆ ਫਰਕ ਇਹ ਆ ਕਿ ਉਸ ਵੇਲੇ ਖਰੀਦਣ ਵਾਲਾ ਤੇ ਵੇਚਣ ਵਾਲਾ ਇੱਕ ਹੀ ਸੀਗੇ ਸਰਕਾਰ ਦੇ ਵਿੱਚ ਵੀ ਉਹੀ ਬੰਦੇ ਬੈਠੇ ਸੀਗੇ ਉਹੀ ਆਪਣੀਆਂ ਕੰਪਨੀਆਂ ਬਣਾਉਂਦੇ ਸੀਗੇ ਉਹੀ ਆਪਣੇ ਸੋਲਰ ਪ੍ਰੋਜੈਕਟ ਲਾਉਂਦੇ ਸੀਗੇ ਉਹੀ ਇੱਕ ਪਾਸੇੋਂ ਸਾਈਨ ਕਰਦੇ ਸੀਗੇ ਉਹੀ ਦੂਜੇ ਪਾਸੇੋਂ ਸਾਈਨ ਕਰਦੇ ਸੀਗੇ ਇੰਡੀਵਿਜੂਅਲ ਜਿਹੜੇ ਆ ਬੈਨੀਫਿਟਸ ਨਿੱਜੀ ਹਿੱਤ ਜਿਹੜੇ ਆ ਉਹ ਸਾਹਮਣੇ ਰੱਖਦੇ ਸਟੇਟ ਦੇ ਜਿਹੜੇ ਹਿੱਤ ਸੀਗੇ ਉਹਨਾਂ ਨੂੰ ਅੱਖੋਂ ਪਰੋਖਿਆਂ ਕਰ ਦਿੱਤਾ ਅੱਜ ਖਰੀਦਣ ਵਾਲਾ ਤੇ ਵੇਚਣ ਵਾਲਾ ਦੋਵੇਂ ਅਲੱਗ-ਅਲੱਗ ਰਹੇ ਸੋ ਅਸੀਂ ਖਰੀਦਾਂਗੇ ਅਸੀਂ ਲਵਾਂਗੇ ਅਸੀਂ ਸਟੇਟ ਦੇ ਇੰਟਰਸਟ ਨੂੰ ਮੁੱਖ ਰੱਖ ਕੇ ਖਰੀਦਾਂਗੇ ਨਾ ਸੋ ਅਸੀਂ 2 ਰੁਪਏ 33 ਪੈਸੇ ਤੋਂ ਲੈ ਕੇ 2 ਰੁਪਏ 75 ਪੈਸੇ ਦੇ ਵਿੱਚ ਸਮਝੌਤੇ ਕੀਤੇ ਨੇ ਜਿਹੜੇ ਕਿ ਬਹੁਤ ਹੀ ਸਸਤੇ ਨੇ ਕੰਪੈਰੀਜ਼ਨ ਜਦੋਂ ਆਪਾਂ ਕਰਦੇ ਆ ਨਾ ਤੇ ਉਹ ਬਹੁਤ ਸਸਤੇ ਨੇ ਇਹਦੇ ਨਾਲ ਲੋਕਾਂ ਦੀ ਆ ਜੇਬ ਦੇ ਉੱਤੇ ਜਿਹੜਾ ਭਾਰ ਪੈਂਦਾ ਸੀਗਾ ਬਰਡਨ ਤੇ ਅਲਟੀਮੇਟਲੀ ਲੋਕਾਂ ਤੇ ਹੀ ਆਉਂਦਾ ਉਹ ਤਾਂ ਆਪ ਦਾ ਸਮਝੌਤੇ ਕਰਕੇ ਪੀਪੀਏ ਕਰਕੇ ਉਹਦੇ ਵਿੱਚੋਂ ਜੋ ਆਪਣਾ ਹਿੱਸੇ ਪਤੀਆਂ ਲੈ ਕੇ ਲੰਬੇ ਹੋ ਜਾਂਦੇ ਨੇ ਤੁਸੀਂ ਕਹਿੰਦੇ ਸਰਕਾਰ ਚ ਬੈਠੇ ਸੀ 2007 ਤੋਂ ਬਾਅਦ ਉਹਨਾਂ ਦੇ ਨਾਮ ਜਨਤਕ ਕਰ ਸਕਦੇ ਹੋ ਜਾਂ ਦੱਸ ਸਕਦੇ ਹੋ ਕੌਣ ਸੀਗੇ ਜਾਂ ਉਹਨਾਂ ਦੇ ਉੱਤੇ ਕੋਈ ਐਕਸ਼ਨ ਹੋ ਰਿਹਾ ਕੋਈ ਕਾਰਵਾਈ ਹੋ ਰਹੀ ਹੈ ਬਿਲਕੁਲ ਐਕਸ਼ਨ ਹੋਏਗਾ ਹਰ ਇੱਕ ਤੇ ਐਕਸ਼ਨ ਹੋਏਗਾ ਪੂਰਾ ਅਸੀਂ ਐਗਜ਼ਾਮਨ ਕਰ ਰਹੇ ਹਾਂ ਕਿੰਨੇ ਉਹ ਕਿਤੇ ਕਿੰਨੇ ਉਧਰੋਂ ਸਾਈਨ ਕੀਤੇ ਕਿੰਨੇ ਉਧਰੋਂ ਸਾਈਨ ਕੀਤੇ ਸਾਰਾ ਕੁਝ ਜਿਹੜਾ ਆ ਵੰਡਰ ਸਰਵੇਲੈਂਸ ਇਹ ਵਿਜੀਲੈਂਸ ਇਨਕੁਆਰੀ ਹੋ ਰਹੀ ਹੈ ਕਿਸ ਤਰ੍ਹਾਂ ਦੀ ਸਾਰੀ ਦੇਖਾਂਗੇ ਤੁਹਾਡੇ ਸਾਹਮਣੇ ਆ ਜਾਏਗੀ ਸਾਰੀ ਇਨਕੁਆਰੀ ਜੋ ਵੀ ਕੁਝ ਫੈਸਲੇ ਹੋਣਗੇ ਉਹ ਤੁਹਾਨੂੰ ਤੁਹਾਡੇ ਸਾਹਮਣੇ ਆ ਜਾਣਗੇ ਦੂਸਰੇ ਕੀ ਤੁਸੀਂ ਕਹਿ ਰਹੇ ਹੋ ਕਿ ਬਿਜਲੀ ਵਿਭਾਗ ਮੈਕਮਾ ਪ੍ਰੋਫਿਟ ਦੇ ਵਿੱਚ ਆ ਗਿਆ ਸੀ ਕਰਜ਼ ਚੁਕਾ ਦਿੱਤਾ ਸਾਡਾ 31 ਦਸੰਬਰ ਤੱਕ ਦਾ ਕਲੀਅਰ ਹੈ ਹੂੰ 31 ਦਸੰਬਰ 2023 ਤੱਕ ਦੀ ਜਿੰਨੀ ਸਾਡੀ ਸਬਸਿਡੀ ਸੀਗੀ 600 ਯੂਨਟ ਅਸੀਂ ਬਿਜਲੀ ਫਰੀ ਦਿੱਤੀ ਆ ਕਿਸਾਨਾਂ ਨੂੰ ਬਿਜਲੀ ਫਰੀ ਦਿੱਤੀ ਇੰਡਸਟਰੀ ਨੂੰ ਫਰੀ ਦਿੱਤੀ ਜਿੰਨੀ ਵੀ ਹੈਗੀ ਸੀਗੀ ਸਬਸਿਡਾਈਜ਼ਡ ਜਿੰਨੀ ਸਬਸਿਡੀ ਪੰਜਾਬ ਸਰਕਾਰ ਵੱਲ ਬੰਦੀ ਸੀਗੀ ਅਸੀਂ 31 ਦਸੰਬਰ 23 ਤੱਕ ਸਾਰੀ ਸਬਸਿਡੀ ਆਪਣੀ ਜਿਹੜੀ ਆ ਓ ਪੀ ਐਸ ਪੀ ਸੀ ਐਲ ਨੂੰ ਦੇ ਦਿੱਤੀ ਰਾਦਰ ਜਿਹੜਾ 9020 ਕਰੋੜ ਦਾ ਕਰਜ਼ਾ ਸੀਗਾ ਉਹਦੀਆਂ ਵੀ ਕਿਸ਼ਤਾਂ ਲਾ ਕੇ 5 ਸਾਲ ਦੇ ਵਿੱਚ ਪੀ ਐਸ ਪੀ ਸੀ ਐਲ ਨੂੰ ਜਿਹੜਾ ਆ ਉਹ ਕਰਜ਼ਾ ਮੁਕਤ ਕਰਾਂਗੇ ਲੇਕਿਨ ਪਿਛਲੇ ਦਿਨਾਂ ਚ ਇਸੇ ਗੱਲ ਨੂੰ ਅੱਗੇ ਵਧਾਈਏ ਤਾਂ ਕੇਂਦਰ ਸਰਕਾਰ ਦੇ ਵੱਲੋਂ ਇੱਕ ਫੈਸਲਾ ਲਿੱਤਾ ਗਿਆ ਕਿ ਬਿਜਲੀ ਮਹਿਕਮੇ ਕਰਜ਼ੇ ਦੇ ਵਿੱਚ ਜਾ ਰਿਹਾ ਹੈ ਇਸ ਕਰਕੇ ਅਸੀਂ ਕਟੌਤੀ ਕਰ ਰਹੇ ਹਾਂ ਤਕਰੀਬਨ 1500 ਤੋਂ 1700 ਕਰੋੜ ਰੁਪਏ ਦੀ ਕਟੌਤੀ ਜਿਹੜੀ ਉਹਨਾਂ ਦੇ ਵੱਲੋਂ ਕਰ ਦਿੱਤੀ ਗਈ ਕਿੰਨਾ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਨਹੀਂ ਕੋਈ ਦੇਖੋ ਸਾਡਾ ਜਿਹੜਾ ਪਾਵਰਕਾਮ ਆ BSP C ਆਲਾ ਇਹ ਤਾਂ ਜਿਹੜਾ ਇੰਡੀਆ ਦੇ ਵਿੱਚ ਬਾਕੀ ਵੀ ਬੜੀਆਂ ਕੰਪਨੀਆਂ ਨੇ ਹਰ ਸਟੇਟ ਦੀਆਂ ਕਈਆਂ ਸਟੇਟਾਂ ਦੇ ਦੋ-ਦੋ ਵੀ ਨੇ ਉਹਨਾਂ ਦੇ ਵਿੱਚ ਸਾਡੀ ਵਧੀਆ ਰੈਪਿਊਟੇਸ਼ਨ ਆ ਵਧੀਆ ਪਰਫਾਰਮੈਂਸ ਜਿਹੜੀ ਆ ਉਹ ਸਾਡੀ ਜਿਹੜੀ ਪੂਰੇ ਭਾਰਤ ਦੇ ਵਿੱਚ ਜਾ ਰਹੀ ਹੈ ਲੇਕਿਨ ਕੋਲੇ ਦਾ ਜ਼ਿਕਰ ਹੁੰਦਾ ਕੇਂਦਰ ਸਰਕਾਰ ਕਹਿ ਰਹੀ ਵਿਦੇਸ਼ੀ ਕੋਲਾ ਖਰੀਦੋ ਤੁਸੀਂ ਕਹਿ ਰਹੇ ਹੋ ਸਾਡੀ ਝਾਰਖੰਡ ਦੇ ਵਿੱਚ ਖਾਣਾ ਸੀ ਉੱਥੋਂ ਕੋਲਾ ਖਰੀਦਾਂਗੇ ਇਸ ਵਜਾ ਕਰਕੇ ਕੋਈ ਕਟੋਤੀ ਕੀਤੀ ਸੀ ਜਾਂ ਕੀ ਵਜ੍ਹਾ ਸਗੀ ਜਾਂ ਜਿਹੜਾ ਉੱਥੋਂ ਕੋਲਾ ਆ ਰਿਹਾ ਹੈ ਕਿ ਉਹ ਸਹੀ ਰੂਟ ਤੋਂ ਆ ਰਿਹਾ ਕਿਉਂਕਿ ਪਹਿਲਾਂ ਕਿਹਾ ਗਿਆ ਸੀ ਵਾਇਆ ਦੁਬਈ ਘੁੰਮ ਕੇ ਫਿਰ ਇੱਧਰ ਨੂੰ ਆਏਗਾ ਦੇਖੋ ਕਿਹਾ ਗਿਆ ਸੀਗਾ ਕਿ ਆਰਸੀਆਰ ਮੋੜ ਕੋਈ ਸ਼ਿਪ ਮੋੜ ਕੋਈ ਦੂਸਰਾ ਤੀਸਰਾ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਬੜਾ ਕਲੀਅਰ ਕੱਟ ਜਾ ਕੇ ਸੈਂਟਰ ਦੇ ਵਿੱਚ ਕਿਹਾ ਸੀਗਾ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਉਹਨਾਂ ਦੀਆਂ ਯਤਨਾਂ ਸਦਕਾ ਉਹ ਸਾਨੂੰ ਸਿੱਧਾ ਕੋਲਾ ਮਿਲਿਆ ਬੜਾ ਉਹਦੇ ਨਾਲ ਫਾਇਦਾ ਹੋਇਆ ਅਸੀਂ ਪਿਛਲੀ ਵਾਰੀ ਜਿਹੜਾ ਮੁਨਾਫੇ ਦੇ ਵਿੱਚ ਗਿਆ ਬਿਜਲੀ ਬੋਰਡ ਉਹ ਤਾਂ ਇਹ ਵੀ ਇੱਕ ਬਹੁਤ ਵੱਡਾ ਫੈਕਟਰ ਆ ਕਿ ਅਸੀਂ ਇੰਪੋਰਟਡ ਕੋਲ ਜਿਹੜਾ ਉਹ ਨਹੀਂ ਲਿਆ ਅਸੀਂ ਆਪਣੀ ਜੜੀ ਪਸ਼ਵਾੜਾ ਕੋਲ ਮਾਈਨ ਸ਼ੁਰੂ ਕਰ ਲਈ ਸੀਗੀ ਸਾਨੂੰ ਉੱਥੋਂ ਹੀ ਕੋਲ ਜੜਾ ਆ ਮਿਲ ਰਿਹਾ ਇਹ ਵੀ ਇੱਕ ਬਹੁਤ ਵੱਡਾ ਫੈਕਟਰ ਹੈ ਇਹ ਕੋਲਾ ਸਿਰਫ ਸਰਕਾਰੀ ਥਰਮਲਾਂ 'ਚ ਹੀ ਇਸਤੇਮਾਲ ਹੋਏਗਾ ਜਾਂ ਪ੍ਰਾਈਵੇਟ ਵੀ ਹੋ ਸਕਦਾ ਹੈ ਦੇਖੋ ਇਹ ਜਿਹੜਾ ਕੋਲਾ ਆਪਣੀ ਕੋਲ ਮਾਈਨ ਸਾਨੂੰ ਜਿਹੜੀ ਮਿਲੀ ਆ ਇਹਦਾ ਸਰਕਾਰੀ ਥਰਮਲ ਪਲਾਂਟ ਤੇ ਹੀ ਸਾਨੂੰ ਇਜਾਜ਼ਤ ਦਿੱਤੀ ਹੋਈ ਆ ਅਸੀਂ ਪਿਛੇ ਰਿਕਵੈਸਟ ਵੀ ਕੀਤੀ ਸੀਗੀ ਕਿ ਸਾਨੂੰ ਇਹ ਕੋਲਾ ਸਾਡੇ ਕੋਲ ਕਾਫੀ ਮਾਤਰਾ ਦੇ ਵਿੱਚ ਆ ਸਾਨੂੰ ਹੋਰ ਵੀ ਯੂਜ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਸੋ ਫਿਲਹਾਲ ਅਸੀਂ ਇਹ ਜਿਹੜਾ ਸਰਕਾਰੀ ਥਰਮਲ ਪਲਾਂਟ ਤੇ ਜਿਹੜਾ ਆ ਯੂਜ਼ ਕਰ ਸਕਦੇ ਹਾਂ ਦੂਸਰੇ ਵੀ ਜਿਹੜੀ 600 ਜੁਨਟ ਬਿਜਲੀ ਫ੍ਰੀ ਦੇ ਰਹੇ ਹੋ ਇਹ ਕੰਟੀਨਿਊ ਰਹੇਗੀ ਜਾਂ ਆਉਣ ਵਾਲੇ ਦਿਨਾਂ 'ਚ ਕੋਈ ਕੰਡੀਸ਼ਨ ਲਗਾ ਦਿੱਤੀ ਜਾਏਗੀ ਕਿਉਂਕਿ ਚਰਚਾ ਤਾਂ ਇਹ ਵੀ ਚੱਲ ਪਈ ਕਹਿੰਦੇ ਕਿ 2024 ਦੀ ਰੋਕਸਭਾ ਤੋਂ ਬਾਅਦ ਕੰਡੀਸ਼ਨ ਨੇ ਜਾਂ ਕਿਸ ਤਰੀਕੇ ਨਾਲ ਜਾਂ ਜੋਸ ਤਰੀਕੇ ਨਾਲ ਰੂਟ ਉਸੇ ਤਰੀਕੇ ਨਾਲ ਜਾਰੀ ਰਹੇਗਾ ਦੇਖੋ ਜੇ ਤੁਸੀਂ ਕਹਿੰਦੇ 2024 ਦੀ ਇਲੈਕਸ਼ਨ ਤੋਂ ਬਾਅਦ ਤੇ ਅਹੀਂ ਫਿਰ ਦਿੰਦੇ ਹੀ 2024 ਦੀ ਇਲੈਕਸ਼ਨ ਤੋਂ ਪਹਿਲਾਂ ਅਸੀਂ ਤਾਂ ਫਿਰ ਹੁਣ ਦਿੰਦੇ ਆ ਕੇ ਨਾ 23 'ਚ ਦੇ ਦਿੰਦੇ ਲਾਸਟ 'ਚ ਦੇ ਦਿੰਦੇ ਹੁਣ ਕਰਦੇ ਅਸੀਂ ਤਾਂ ਜਦੋਂ ਸਰਕਾਰ ਬਣੀ ਸੀਗੀ ਉਹਦੇ 3 ਮਹੀਨਿਆਂ ਦੇ ਵਿੱਚ ਦੇ ਦਿੱਤੀ ਸੀਗੀ ਕਿਉਂਕਿ ਜਿਹੜਾ ਦੇਖੋ ਤੁਸੀਂ ਜੁਲਾਈ 2022 ਤੋਂ 600 ਯੂਨਟ ਫ੍ਰੀ ਮਿਲ ਰਿਹਾ ਉਦੋਂ ਤਾਂ ਕੋਈ ਇਲੈਕਸ਼ਨ ਨਹੀਂ ਸੀਗੀ ਉਦੋਂ ਤੇ ਜੇ ਸਾਡੀ ਕੋਈ ਨੀਤ ਉਹੋ ਜਿਹੀ ਹੁੰਦੀ ਤੇ ਅਸੀਂ ਵੀ ਕਹਿੰਦੇ ਚਲੋ 15-20 ਮਹੀਨੇ ਕੱਟ ਲਓ ਜਦੋਂ ਇਲੈਕਸ਼ਨ ਆਊਗੀ ਉਦੋਂ ਨੇੜੇ ਇਹ ਗੱਲ ਜਿਹੜੀ ਆ ਕਰ ਲਾਂਗੇ ਸੋ ਇਹ ਬਿਲਕੁਲ ਫਜ਼ੂਲ ਦੀਆਂ ਗੱਲਾਂ ਨੇ ਕਿਸੇ ਤਰ੍ਹਾਂ ਦੀ ਕੋਈ ਜੜੀ ਇਹਦੇ ਚ ਕਟੌਤੀ ਜੜੀ ਆ ਉਹ ਨਹੀਂ ਕੀਤੀ ਜਾ ਰਹੀ लास्ट ਸਵਾਲ ਹੈ ਬਿਜਲੀ ਚੋਰੀ ਅਜੇ ਵੀ ਪੰਜਾਬ ਦੇ ਵਿੱਚ ਹੋ ਰਹੀ ਹੈ ਕਈ ਸਰਕਾਰੀ ਦਫ਼ਤਰਾਂ ਚ ਵੀ ਹੋ ਰਹੀ ਹੈ ਕੋਈ ਉਹਨਾਂ ਦੇ ਉੱਤੇ ਕੋਈ ਐਕਸ਼ਨ ਹੋਏਗਾ ਕਾਰਵਾਈ ਹੋਏਗੀ ਦੇਖੋ ਸਾਡੀਆਂ ਜਿਹੜੀਆਂ ਟੀਮਸ ਨੇ ਪੀਐਸਪੀਸੀਲ ਦੇ ਅਧਿਕਾਰੀ ਨੇ ਅਸੀਂ ਇਹਦੇ ਉੱਤੇ ਨਿਗਰਾਨੀ ਰੱਖੀ ਹੋਈ ਆ ਸਾਡੇ ਟੀਐਨਡੀ ਲਾਸਸ ਜਿਹੜੇ ਨੇ ਨਾ ਇਹ ਘਟੇ ਵੀ ਨੇ ਕੁਝ ਘਟੇ ਵੀ ਨੇ ਔਰ ਲੋਕਾਂ ਨੇ ਸੰਜਮ ਦੇ ਨਾਲ ਵੀ ਬਿਜਲੀ ਵਰਤਣੀ ਸ਼ੁਰੂ ਕੀਤੀ ਆ ਕਿਉਂਕਿ ਪਤਾ ਹੈ ਕਿ 600 ਯੂਨਟ ਤੋਂ ਥੱਲੇ ਰੱਖਿਆ ਗਿਆ ਤੇ ਬਿੱਲ ਜਿਹੜਾ ਆ ਉਹ ਜ਼ੀਰੋ ਆ ਜਾਂਦਾ ਸੋ ਉਹਦੇ ਨਾਲ ਵੀ ਸਾਨੂੰ ਜਿਹੜਾ ਹੈ ਫਾਇਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਕੁਝ ਲਾਸਸ ਨੇ ਅਸੀਂ ਹੋਰ ਇਹਨੂੰ ਘੱਟ ਕਰਾਂਗੇ ਇੱਕ ਲੋਕ ਇੱਕ ਵੀ ਸਵਾਲ ਪੁੱਛਦੇ ਆ ਕਿ ਕਈ ਥਾਵਾਂ ਤੇ ਇਨਫਰਾਸਟ੍ਰਕਚਰ ਬਹੁਤ ਪੁਰਾਣਾ ਹੈ ਜਿਹੜੇ ਟਰਾਂਸਫਾਰਮਰ ਬਹੁਤ ਪੁਰਾਣੇ ਤਾਰਾਂ ਬਹੁਤ ਪੁਰਾਣੀਆਂ ਨਵੀਆਂ ਪੈਰੀਆਂ ਜਾਂ ਕਿਸ ਤਰੀਕੇ ਦੇ ਨਾਲ ਉਸ ਵਜ੍ਹਾ ਕਰਕੇ ਜਦੋਂ ਵੋਲਟੇਜ ਜ਼ਿਆਦਾ ਹੁੰਦੀ ਹੈ ਤਾਂ ਕੱਟ ਲਾ ਕੇ ਜਾਂਦੇ ਲਾਸਸ ਹੋ ਜਾਂਦੇ ਨੇ ਹਾਂ ਬਿਲਕੁਲ ਅਸੀਂ ਕਾਫੀ ਹੋਰ ਵੀ ਨਵੇਂ ਲਗਭਗ 50 ਅਸੀਂ 66 KV ਦੇ ਗ੍ਰਿਡ ਨਵੇਂ ਜਿਹੜੇ ਆ ਉਹ ਵੀ ਲਗਾ ਰਹੇ ਆ ਜਿੱਥੇ ਵੀ ਕੋਈ ਰਿਪਲੇਸਮੈਂਟ ਦੀ ਲੋੜ ਆ ਰਿਪਲੇਸਮੈਂਟ ਕਰ ਰਹੇ ਆ ਟਰਾਂਸਫਾਰਮਰ ਦੇਣ ਦੀ ਲੋੜ ਆ ਉਹ ਦੇ ਰਹੇ ਆ ਸੋ ਅਸੀਂ ਸਾਰੇ ਸਟਰਕਚਰ ਨੂੰ ਬੇਸਿਕ ਸਟਰਕਚਰ ਜਿਹੜਾ ਆ ਉਹਨੂੰ ਅਸੀਂ ਸਾਰੇ ਨੂੰ ਰੈਨੋਵੇਟ ਜਿਹੜਾ ਆ ਉਹ ਕਰ ਰਹੇ ਆ ਧੰਨਵਾਦ ਕੈਮਰਾਮੈਨ ਅਮਨ ਦੇ ਨਾਲ ਪੰਕਜ ਭਾਈ ਨਿਊਜ਼ 18 ਚੰਡੀਗੜ੍ਹ